ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਲੋਕਾਂ ਨੂੰ ਕ੍ਰਾਂਤੀ ਕਾ ਇਸਲਾਮ ਪੇਸ਼ ਕਰਨਾ ਚਾਹਾਂਗੀ ਜਿੰਨੀਆਂ ਵੀ ਔਰਤਾਂ ਨੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਮਜ਼ਦੂਰ ਨੇ ਜਿੰਨੇ ਵੀ ਸਾਰੇ ਤੇ ਨੌਜਵਾਨ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੇ ਲਈ ਇੰਨੀ ਆਵਾਜ਼ ਉਠਾਈ ਤੇ ਉਹਨਾਂ ਕਰਕੇ ਅੱਜ ਮੈਂ ਜੇਲ੍ਹ ਤੋਂ ਬਾਹਰ ਆਈ ਆ ਅੱਜ ਦਾ ਜਿਹੜਾ ਦਿਨ ਆ ਉਹਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਦਾ ਦਿਨ ਕੀ ਆ ਅੱਜ ਦਲਿਤਾਂ ਦਾ ਵੀ ਇੱਕ ਖਾਸ ਦਿਨ ਆ ਕਿਸਾਨ ਤੇ ਮਜ਼ਦੂਰ ਇੱਕ ਦੂਜੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਏ ਆ ਜਿਵੇਂ ਨੋਹ ਮਾਸ ਦਾ ਰਿਸ਼ਤਾ ਹੋਵੇ ਪਰ ਅਸੀਂ ਜਿਹੜੇ ਲੋਕ ਕਹਿੰਦੇ ਨੇ ਕਹਿੰਦੇ ਨੇ ਕਿ ਸਿਰਫ ਕਿਸਾਨ ਅੰਦੋਲਨ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿਰਫ ਕਿਸਾਨ ਅੰਦੋਲਨ ਨਹੀਂ ਇਹ ਕਿਸਾਨ ਮਜ਼ਦੂਰ ਤੇ ਆਮ ਜਨਤਾ ਦਾ ਅੰਦੋਲਨ ਆ ਇਹਦੇ ਵਿੱਚ ਹਰ ਉਹ ਇਨਸਾਨ ਆ ਜਿਹੜਾ ਦੁਖੀ ਆ ਜਿਹੜਾ ਪੀੜਿਤ ਆ ਜਿਹੜਾ ਸਰਕਾਰ ਦੀਆਂ ਇਹਨਾਂ ਰਣਨੀਤਿਆਂ ਤੋਂ ਇਹਨਾਂ ਕਾਲੇ ਕਾਨੂੰਨਾਂ ਤੋਂ ਤੰਗ ਆ ਉਹ ਹਰ ਇਨਸਾਨ ਦਾ ਅੰਦੋਲਨ ਆ ਚਾਹੇ ਸਾਡੀ ਗਿਣਤੀ ਕਿੰਨੀ ਵੀ ਹੋਵੇ ਪਰ ਅੱਜ ਜਿਹੜੀ ਜਨਤਾ ਉਹ ਜਾਗ ਗਈ ਆ ਜਿੰਨੇ ਵੀ ਕਾਨੂੰਨ ਇਹ ਲੈ ਕੇ ਆਏ ਨੇ ਉਹਨਾਂ ਨੂੰ ਰੱਦ ਕਰਨੇ ਪੈਣਗੇ ਨਹੀਂ ਤਾਂ ਅਸੀਂ ਮਾਵਾਂ ਭੈਣਾਂ ਅਸੀਂ ਮਜ਼ਦੂਰ ਕਿਸਾਨ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਦੁਨੀਆ ਭਰ ਦੇ ਨੌਜਵਾਨ ਨੇ ਜਿਹੜੇ ਸਮਝਦੇ ਨੇ ਕਿ ਹਾਂ ਅੱਜ ਦੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ ਤਾਂ ਜ਼ਰੂਰ ਹੋਣਗੇ ਉਹ ਜ਼ਰੂਰ ਬੋਲਣਗੇ ਮੈਂ ਸੱਚ ਦੀ ਜੱਤ ਹੁੰਦੀ ਆ ਤੇ ਸੱਚ ਹਮੇਸ਼ਾ ਜਿੱਤੂਗਾ ਪਰ ਅਸੀਂ ਅੱਜ ਦੇਖ ਰਹੇ ਆ ਕਿ ਹਵੇਸ਼ਾ ਵੱਡੇ ਵੱਡੇ ਗੱਲਾਂ ਕੀਤੀ ਜਾਂਦੀਆਂ ਨੇ ਵੱਡੇ ਵੱਡੇ ਕਾਨੂੰਨ ਲੈ ਕੇ ਆਏ ਜਾਂਦੇ ਨੇ ਪਰ ਅੱਜ ਵੀ ਹਾਲਾਤ ਬਹੁਤ ਮਾੜੇ ਨੇ ਔਰਤਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਅੱਜ ਵੀ ਬਹੁਤ ਮਾੜੇ ਹਾਲਾਤ ਨੇ ਕਿਸਾਨ ਮਜ਼ਦੂਰ ਆਪਣੀ ਮਿਹਨਤ ਦਾ ਮਿਹਨਤੀ ਕਮਾਈ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਚੇਕਰ ਉਹ ਸੜਕਾਂ ਤੇ ਉਤਰਦੇ ਨੇ ਆਪਣੀ ਮਿਹਨਤ ਦੇ ਮੁੱਲ ਵਾਸਤੇ ਉਹਨਾਂ ਨੂੰ ਆਤਮਕਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਨਕਸਲਵਾਦੀ ਦੱਸਿਆ ਜਾਂਦਾ ਉਹਨਾਂ ਨੂੰ ਖਾਲਸਤਾਨੀ ਦੱਸਿਆ ਜਾਂਦਾ ਪਰ ਅਸੀਂ ਜਾਣਦੇ ਹਾਂ ਅਸੀਂ ਕੌਣ ਆ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਭਗਤ ਸਿੰਘ ਨੂੰ ਆਤਮਕਵਾਦੀ ਕਿਹਾ ਸੀ ਪਰ ਅੱਜ ਸਾਡਾ ਭਗਤ ਸਿੰਘ ਸਾਡਾ ਇੱਕ ਹੀਰੋ ਆ ਤੇ ਅਸੀਂ ਅਸੀਂ ਉਹ ਲੋਕਾਂ ਜਿਹੜਾ ਅਸੀਂ ਇਤਿਹਾਸ ਰਚ ਰਹੇ ਆ ਤੇ ਸਾਡੇ ਆਉਣ ਵਾਲੇ ਬੱਚੇ ਜ਼ਰੂਰ ਯਾਦ ਕਰਨਗੇ ਕਿ ਇਹ ਜਿਹੇ ਲੋਕ ਸੀ ਇਹ ਜਿਹੇ ਮਾਪੇ ਸੀ ਜਿਹੜੇ ਸਾਡੇ ਲਈ ਲੜਿਆ ਤੇ ਅਸੀਂ ਉਹਨਾਂ ਟਾਈਮ ਤੱਕ ਹਮੇਸ਼ਾ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਮਜ਼ਦੂਰ ਭਰਾ ਸਾਡੇ ਮਾਵਾਂ ਭੈਣਾਂ ਸਾਡੇ ਨੌਜਵਾਨ ਸਾਰੇ ਹੀ ਉਨਾਂ ਨੇ ਹੌਸਲਾ ਬਲੰਦ ਕਰਕੇ ਖੜੇ ਆ ਤੇ ਖੜੇ ਰਹਿਣਗੇ ਮੈਂ ਮਜ਼ਦੂਰਾਂ ਵੱਲੋਂ ਵੀ ਆਪਣੀ ਗੱਲ ਰੱਖ ਰਹੀਆਂ ਕਿਸਾਨਾਂ ਵੱਲੋਂ ਵੀ ਜਿਹੜੇ ਕਹਿ ਰਹੇ ਨੇ ਕਿ ਇਹ ਇਹ ਉਹ ਆ ਤੇ ਆਹ ਤੇ ਜੜ ਝੂਠੀਆਂ ਖਬਰਾਂ ਫਲਾ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣੀ ਆ ਕਿ ਜਿਹੜੇ ਲੋਕ ਜਾਣਦੇ ਨੇ ਅਸੀਂ ਸੱਚੀ ਲੜਾਈ ਲੜ ਰਹੇ ਆ ਅਸੀਂ ਪਹਿਲਾਂ ਵੀ ਕੋਈ ਹਜੇ ਕੰਮ ਗਲਤ ਕੰਮ ਨਹੀਂ ਕੀਤਾ ਸੀ ਤੇ ਅੱਗੇ ਵੀ ਕੋਈ ਗਲਤ ਕੰਮ ਨਹੀਂ ਕਰਾਂਗੇ ਜਿਨ੍ਹਾਂ ਨੂੰ ਖਬਰਾਂ ਕਹ ਰਹੇ ਵੀ ਇਹ ਗਲਤ ਕੰਮ ਕਰ ਰਹੇ ਸੀ ਇਹਨਾਂ ਨੇ ਆ ਕੀਤਾ ਉਹ ਕੀਤਾ ਉਹ ਜਾਨ ਲੈਣ ਕਿ ਦੋ ਪੱਖ ਹੁੰਦੇ ਹਰੇ ਹਮੇਸ਼ਾ ਹਰੇ ਗੱਲ ਦੇ ਹਮੇਸ਼ਾ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਆ 1 ਰੁਪਇਆ ਵੀ ਉਹ ਦੋ ਤਰ੍ਹਾਂ ਦਾ ਹੁੰਦਾ ਹੈ ਹਮੇਸ਼ਾ ਆਪਾਂ ਇੱਕ ਤਰੀਕੇ ਦੇ ਵਿੱਚ ਦੇ ਆ ਤੇ ਉਸੇ ਨੂੰ ਆਪਾਂ ਸੱਚ ਮੰਨ ਲੈਂਦੇ ਆ ਇਸੇ ਤਰੀਕੇ ਦੇ ਨਾਲ ਜਦੋਂ ਮੈਂ 12 ਤਰੀਕ ਨੂੰ ਜੇਲ੍ਹ ਚ ਗਈ ਆ ਤਾਂ ਪਹਿਲਾਂ ਮੇਰੇ ਵਿਰੁੱਧ ਵਿੱਚ ਆਵਾਜ਼ ਉੱਠਿਆ ਕਿ ਇਹਨੇ ਇਹਨੇ ਜਨਤਾ ਨੂੰ ਭੜਕਾਇਆ ਤੇ ਜਿਹੜੇ ਪੁਲਿਸ ਵਾਲਾਂ ਤੇ ਤਸ਼ੱਦਦ ਕੀਤਾ ਪਾ ਤੁਸੀਂ ਜਾਣਦੇ ਹੋ ਕਿ ਪੁਲਿਸ ਵਾਲਿਆਂ ਦੀ ਅੱਜ ਦੀ ਜਿਹੜੀ ਹਾਲਾਤ ਆ ਉਹ ਕਿਵੇਂ ਦੀ ਪੁਲਿਸ ਵਾਲੇ ਨੇ ਪਰ ਮੈਂ ਜਾਣਦੀ ਆ ਉਸ ਦਿਨ ਦੀ ਘਟਨਾ ਤੇ ਅੱਜ ਵੀ ਅਸੀਂ ਮੈਨੂੰ ਯਾਦ ਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਮਜ਼ਦੂਰ ਕਿਸਾਨ ਜਿਹੜੇ ਇੱਥੇ ਬੈਠੇ ਹੋਏ ਸੀ ਜਿਹੜਾ ਜਿਹੜਾ ਮਜ਼ਦੂਰ ਇਕ ਸੰਗਠਨ ਬੋਲੇ ਜਾ ਰਿਹਾ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਬਣਿਆ ਤਾਂ ਮੈਂ ਦੱਸ ਦੇਣਾ ਚਾਹਣੀ ਆ ਇਹ 3 ਸਾਲ ਪਹਿਲਾਂ ਦਾ ਬਣਿਆ ਹੋਇਆ ਸੰਗਠਨ ਆ ਇਹ ਪਹਿਲਾਂ ਵੀ ਲੜ ਰਿਹਾ ਸੀ ਲਾਕਡਾਊਨ ਦੇ ਵਿੱਚ ਵੀ ਉਹਨਾਂ ਨੇ ਲੜਾਈ ਲੜੀ ਆ ਤੇ ਕਿਸਾਨ ਅੰਦੋਲਨ ਦੇ ਵਿੱਚ ਮਜ਼ਦੂਰਾਂ ਨੂੰ ਇੱਕ ਹੌਸਲਾ ਮਿਲਿਆ ਕਿਸਾਨਾਂ ਨੂੰ ਦੇਖ ਕੇ ਕਿ ਅਸੀਂ ਵੀ ਸੜਕਾਂ ਤੇ ਉਤਰ ਸਕਦੇ ਆ ਅਸੀਂ ਵੀ ਇੱਕ ਧਰਨੇ ਕਰ ਸਕਦੇ ਆ ਉਸੇ ਹੌਸਲੇ ਦੇ ਨਾਲ ਕਿਸਾਨਾਂ ਨੂੰ ਦੇਖ ਕੇ ਮਜ਼ਦੂਰ ਧਰਨੇ ਕਰਨ ਲੱਗੇ ਤੇ ਜਿਨ੍ਹਾਂ ਲੋਕਾਂ ਨੂੰ ਇਹ ਲੱਗਿਆ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਬਣਿਆ ਸੰਗਠਨ ਤਾਂ ਉਹ ਦੇਖ ਲੈਣ ਸਾਡੀਆਂ ਪੁਰਾਣੀਆਂ ਵੀਡੀਓ ਵੀ ਚੱਕ ਕੇ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਜਿੰਨੇ ਵੀ ਕਿਸਾਨ ਮਜ਼ਦੂਰ ਹੈ ਜਿੰਨੇ ਵੀ ਸੰਗਠਨ ਆ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਿਲ ਜੁਲ ਕੇ ਇਸ ਜਿਹੜੀ ਜਿਹੜਾ ਅੰਦੋਲਨ ਆ ਇਹ ਚੱਲ ਰਿਹਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਸਰਕਾਰਾਂ ਉਹ ਸਾਡਾ ਫਾਇਦਾ ਉਠਾ ਰਹੀਆਂ ਨੇ ਮਾੜੀ ਜੀਵੀ ਕੋਈ ਗਲਤੀ ਹੁੰਦੀ ਆ ਤਾਂ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਇਹ ਕਹਿੰਦਾ ਕਿ ਆ ਵੱਖਰੇ ਨੇ ਆ ਵੱਖਰੇ ਨੇ ਤਾਂ ਲੜਾਈ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਕਿਸਾਨ ਆ ਜਿੰਨੇ ਵੀ ਮਜ਼ਦੂਰ ਆ ਜਿੰਨੇ ਵੀ ਬਾਹਰ ਤੋਂ ਜਾਂ ਜੋ ਵੀ ਆ ਸਪੋਰਟ ਕਰ ਰਿਹਾ ਸਾਰਿਆਂ ਨੂੰ ਮਿਲਜੋਲ ਕੇ ਕੰਮ ਕਰਨਾ ਚਾਹੀਦਾ ਸਾਨੂੰ ਇਹ ਅੰਦੋਲਨ ਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਪਿੱਛੇ ਨਹੀਂ ਲੈ ਕੇ ਜਾਣਾ ਅਸੀਂ ਉਹਨਾਂ ਟਾਈਮ ਤੱਕ ਲੜਦੇ ਰਵਾਂਗੇ ਜਿੰਨਾ ਟਾਈਮ ਤੱਕ ਇਹ ਕਾਲੇ ਕਾਨੂੰ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਇਹ ਪਾੜਾ ਜਿਹੜਾ ਅਮੀਰ ਗਰੀਬ ਦਾ ਪਾੜਾ ਉਹ ਮਿਟਦਾ ਨਹੀਂ ਜਿੰਨਾ ਟਾਈਮ ਤੱਕ ਮਹਿਲਾਵਾਂ ਦੇ ਨਾਲ ਜਿਹੜੀ ਬਦਤਮੀਜ਼ੀ ਉਹ ਘਟ ਨਹੀਂ ਹੁੰਦੀ ਕਿਉਂਕਿ ਮੈਂ ਜਾਣਦੀ ਹਾਂ ਜਦੋਂ 12 ਤਰੀਕ ਨੂੰ ਮੈਨੂੰ ਫੜਿਆ ਗਿਆ ਤੇ ਪੁਲਿਸ ਵਾਲੇ ਮੈਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਪੁਲਿਸ ਵਾਲੇ ਮੇਰੇ ਉੱਪਰ ਬੈਠ ਬੈਠ ਕੇ ਕੁੱਟਦੇ ਰਹੇ ਮੈਨੂੰ ਲਾਸਟ ਤੱਕ ਜਿੰਉ ਤੱਕ ਮੈਂ ਜੇਲ੍ਹ ਜਾਂਦੀ ਰਹੀਆਂ ਮੈਨੂੰ ਬਹੁਤ ਬੁਰੇ ਤਰੀਕੇ ਨਾਲ ਮੇਰੀ ਜਾਤੀ ਗਾਲ ਦੇ ਕੇ ਗਾਲ ਮੈਨੂੰ ਕੱਢੀ ਗਈ ਕਿਉਂਕਿ ਇੱਕ ਮੈਂ ਦਲਿਤ ਕੁੜੀ ਆ ਇੱਕ ਮਜ਼ਦੂਰਾਂ ਦੀ ਕੁੜੀ ਆ ਇਸੇ ਲਈ ਇਸ ਲਈ ਮੈਂ ਤਾਂ ਇਹ ਕਹਿਣਾ ਚਾਹਣੀ ਆ ਵੀ ਜਿੰਨੇ ਵੀ ਕਿਸਾਨ ਮਜ਼ਦੂਰ ਆ ਇਹ ਇੱਕ ਦੂਜੇ ਦੇ ਭਰਾ ਨੇ ਕਿਉਂਕਿ ਕਿਸਾਨ ਵੀ ਮਜ਼ਦੂਰ ਤੋਂ ਬਿਨਾ ਨਹੀਂ ਚੱਲ ਸਕਦਾ ਤੇ ਮਜ਼ਦੂਰ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦਾ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਦੇ ਨੇ ਚਾਹੇ ਪਿੰਡਾਂ 'ਚ ਚਾਹੇ ਖੇਤਾਂ ਦੇ ਵਿੱਚ ਕਿਸਾਨ ਮਜ਼ਦੂਰ ਹਮੇਸ਼ਾ ਇੱਕ ਸੀ ਤੇ ਇੱਕ ਰਹਿਣਗੇ ਜਿਹੜੇ ਲੋਕ ਲੜਵਾਉਣਾ ਚਾਹੁੰਦੇ ਨੇ ਉਹ ਦੇਖ ਲੈਣ ਕਿ ਕਿਸਾਨ ਮਜ਼ਦੂਰ ਕਿਵੇਂ ਜੁੜੇ ਹੋਏ ਆ ਅਸੀਂ ਅੱਗੇ ਵੀ ਇਹ ਲੜਾਈ ਜਾਰੀ ਰੱਖਾਂਗੇ ਤੇ ਅੱਗੇ ਵੀ ਮੈਂ ਹਮੇਸ਼ਾ ਪਹਿਲਾਂ ਵੀ ਲੜਦੀ ਰਹੀ ਸੀ 4-5 ਸਾਲ ਤੋਂ ਮੈਂ ਹਮੇਸ਼ਾ ਤੋਂ ਆਪਣੀ ਮਾਂ ਨੂੰ ਦੇਖ ਕੇ ਆਪਣੇ ਭੈਣ ਭਰਾਵਾਂ ਨੂੰ ਦੇਖ ਕੇ ਮੈਂ ਇਸ ਇਸੇ ਤਰ੍ਹਾਂ ਮਹਿਲਾਵਾਂ ਦੇ ਨਾਲ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਮੈਂ ਖੜੀ ਰਹੀ ਆ ਤੇ ਅੱਗੇ ਵੀ ਲਾਸਟ ਤੱਕ ਮੈਂ ਖੜੀ ਰਹੂੰਗੀ ਤੇ ਕੋਸ਼ਿਸ਼ ਕਰਾਂਗੇ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਵੀ ਅੱਗੇ ਲੈ ਕੇ ਆਇਆ ਜਾਵੇ ਜਿਹੜੇ ਲੋਕ ਅਜੇ ਤੱਕ ਆ ਨਹੀਂ ਪਾਏ ਕਿਉਂਕਿ ਬਹੁਤ ਲੋਕ ਆ ਜਿਹੜੇ ਚਾਹੁੰਦੇ ਆ ਵੀ ਅਸੀਂ ਆਈਏ ਪਰ ਉਹ ਆ ਨਹੀਂ ਪਾਰੇ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਸ ਅੰਦੋਲਨ ਨੂੰ ਐਨੇ ਵਧੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹੀਦਾ ਤਾਂ ਕਿ ਅਸੀਂ ਇਹਨੂੰ ਹੋਰ ਜਾ ਕੇ ਮਜ਼ਬੂਤੀ ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰੀਏ ਤੇ ਜਿੰਨੇ ਵੀ ਲੋਕ ਆ ਆ ਜ਼ਿਲਾਂ ਦੇ ਵਿੱਚ ਬੰਦਾ ਚਾਹੇ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਸ਼ਿਵ ਕੁਮਾਰ ਆ ਜਿਹੜਾ ਮੇਰਾ ਮੇਰੇ ਤੇ ਨਾਲ ਫੜਿਆ ਗਿਆ ਸੀ ਮੇਤ ਪਿੱਛੇ ਫੜਿਆ ਗਿਆ ਸੀ ਹੁਣ ਮੈਂ ਜਦੋਂ ਜੇਲ੍ਹ ਚ ਬਾਹਰ ਆਈ ਮੈਨੂੰ ਪਤਾ ਲੱਗਿਆ ਉਹਨੂੰ 20 ਦਿਨ 20 ਦਿਨ ਤੋਂ ਵੱਧ ਇਹ ਜੀ ਕਸਟਡੀ ਦੇ ਵਿੱਚ ਰੱਖਿਆ ਗਿਆ ਪਹਿਲਾਂ ਤਾਂ 10 ਦਿਨ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਕਿ ਕਿਵੇਂ ਰੱਖਿਆ ਗਿਆ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਉਹਦੇ ਨੌ ਖਿੱਚ ਲੈ ਗਏ ਆ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਮਾਰਿਆ ਗਿਆ ਏ ਤੇ ਉਹਦੀਆਂ ਹੁਣ ਬਿਲਕੁਲ ਬਹੁਤ ਬੁਰੇ ਤਰੀਕੇ ਦਾ ਹਾਲ ਆ ਨਾ ਉਹਦੇ ਘਰ ਵਾਲੇ ਮਿਲ ਸਕਦੇ ਆ ਨਾ ਉਹਨੂੰ ਕੋਈ ਵੀ ਮਿਲ ਸਕਦਾ ਕੋਈ ਵਕੀਲ ਨਹੀਂ ਮਿਲ ਸਕਦਾ ਇਹ ਕਰੋਨਾ ਦਾ ਬਹਾਨਾ ਲਾ ਰਹੇ ਆ ਪਰ ਸੱਚਾਈ ਤਾਂ ਇਹ ਆ ਸਾਡਾ ਸਿਸਟਮ ਇਹਨਾ ਖੋਖਲਾ ਹੋ ਗਿਆ ਜਿਹੜਾ ਸੱਚਾ ਬੰਦਾ ਉਹਦੀ ਕੋਈ ਕਦਰ ਨਹੀਂ ਹੈਗੀ ਚੜੇ ਆਮ ਜਨਤਾ ਉਹਨਾਂ ਵਾਸਤੇ ਕੋਈ ਆਵਾਜ਼ ਨਹੀਂ ਉਠਾਰਿਆ ਤੇ ਸਾਨੂੰ ਆਪਾਂ ਲੋਕਾਂ ਨੂੰ ਹੀ ਖੜੇ ਹੋ ਕੇ ਆਪਣੀ ਆਵਾਜ਼ ਬੁਲੰਦ ਪੈਣਾ ਕਿਉਂਕਿ ਇਹ ਜਿਹੜੇ ਕਾਨੂੰਨ ਬਣ ਰਹੇ ਨੇ ਇਹ ਉਹਨਾਂ ਲੋਕਾਂ ਵਾਸਤੇ ਬਣ ਰਹੇ ਆ ਜਿਹੜੇ ਦਲਾਲ ਨੇ ਜਿਹੜੇ ਵੱਡੇ ਵੱਡੇ ਪੂੰਜੀਪਤੀਆ ਉਹਨਾਂ ਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸਾਨੂੰ ਆਪ ਦੀ ਜੰਗ ਜਿੱਤਣ ਵਾਸਤੇ ਸਾਨੂੰ ਲੜਾਈ ਲੜਨੀ ਪੈਣੀ ਹੈ ਤੇ ਅਸੀਂ ਲੜਦੇ ਰਵਾਂਗੇ ਜੈ ਜਨਤਾ ਜੈ ਸੰਘਰਸ਼ ਜੈਤ ਲੜਨ ਵਾਲੇ ਲੋਕਾਂ ਦੇ ਬੋਲੇ ਸੋਨਹੀ Maldon!